ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ترਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਨਾ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਤੇ ਕੀ ਹੋਇਆ ਸਸਤਾ ਦੇਖੋ ਪੂਰੀ ਸੂਚੀ ਪੰਜਾਬ ਸਰਕਾਰ ਦੀ ਡਾਇਰੀ ਉੱਤੇ ਫੋਟੋ ਲਗਾ ਕੇ ਕਸੂਤੇ ਫਸਲ ਸੀ ਜਾਂ ਮਨ ਵਿਰੋਧੀਆਂ ਨੇ ਕਸੇ ਤੰਜ ਪੰਜਾਬ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਸੂਬੇ ਦੇ ਸਕੂਲਾਂ ਨੂੰ ਲੈ ਕੇ ਜਾਰੀ ਕੀਤਾ ਇਹ ਵੱਡਾ ਹੁਕਮ 5G ਸੇਵਾਵਾਂ ਨੂੰ ਵਿਕਸਿਤ ਕਰਨ ਲਈ 100 ਲੈਬ ਸਥਾਪਿਤ ਕਰੇਗੀ ਸਰਕਾਰ ਬਜਟ 2023 ਬਜਟ ਵਿੱਚ ਗਰੀਬਾਂ ਲਈ ਖਾਸ ਐਲਾਨ ਜੇਲ੍ਹ ਵਿੱਚ ਬੰਦ ਗਰੀਬਾਂ ਦੀ ਜ਼ਮਾਨਤ ਲਈ ਸਰਕਾਰ ਦੇਵੇਗੀ ਪੈਸਾ ਵੱਡੀ ਖਬਰ ਮਨੀਸ਼ਾ ਗਲਾਟੀ ਨੂੰ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ ਪੰਜਾਬ ਚ ਜ਼ਮੀਨੀ ਪਾਣੀ ਬਚਾਉਣ ਦੇ ਨਿਯਮ ਅੱਜ ਤੋਂ ਲਾਗੂ ਪਾਣੀ ਕੱਢਣ ਤੇ ਲੱਗਣਗੇ ਪੈਸੇ ਵੱਡੀ ਖਬਰ ਪੰਜਾਬੀ ਗਾਇਕ ਸ਼੍ਰੀ ਬਰਾਰ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਬਜਟ 2023 ਵੇਤਮਤੀ ਨਿਰਮਲ ਸੀਤਾਰਮਨ ਨੇ ਪੈਨ ਕਾਰਡ ਨੂੰ ਦਿੱਤੀ ਇੱਕ ਨਵੀਂ ਪਛਾਣ ਔਰਮਨ ਬਜਟ 2023 ਔਰਤਾਂ ਲਈ ਕੀਤਾ ਵੱਡਾ ਐਲਾਨ ਨਵੀਂ ਬਚਤ ਸਕੀਮ ਦਾ ਐਲਾਨ ਬੈਂਕ ਹੌਲੀਡੇਜ਼ ਫਰਵਰੀ ਮਹੀਨੇ ਵਿੱਚ 10 ਦਿਨ ਬੈਂਕ ਰਹਿਣਗੇ ਬੰਦ 10 ਸਾਲਾਂ ਤੋਂ ਅਪਡੇਟ ਨਾ ਹੋਏ ਆਧਾਰ ਕਾਰਡ ਹੋਣਗੇ ਸਸਪੈਂਡ ਸਰਕਾਰੀ ਸੇਵਾਵਾਂ ਦਾ ਨਹੀਂ ਮਿਲੇਗਾ ਲਾਭ ਤਾਂ ਦੋਸਤੋ ਇਸ ਲਈ ਆਪਣੀਆਂ ਇਸ ਵੇਲੇ ਦੀਆਂ 40ਵੀਂ ਖਬਰਾਂ ਹੁਣ ਗੱਲਬਾਤ ਕਰਦੇ ਜੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਬਜਟ 2023 ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਤੇ ਕੀ ਹੋਇਆ ਸਸਤਾ ਦੇਖੋ ਪੂਰੀ ਸੂਚੀ ਵਿੱਤ ਮੰਤਰੀ ਨਿਰਮਲ ਸਿਤਾਰਮਨ ਨੇ ਬੁੱਧਵਾਰ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਆਇਨ ਬੈਟਰੀਆਂ ਤੇ ਕਸਟਮ ਡਿਊਟੀ ਘਟਾ ਕੇ 13% ਦੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਇਸ ਤੋਂ ਇਲਾਵਾ ਬਜਟ ਵਿੱਚ ਸਿਗਰਟ ਤੇ ਡਿਊਟੀ 16% ਵਧਾਈ ਗਈ ਹੈ। ਉਹਨਾਂ ਨੇ ਇਹ ਐਲਾਨ ਸੰਸਦ ਦੇ 2023-24 ਦਾ ਆਮ ਬਜਟ ਪੇਸ਼ ਕਰਦੇ ਹੋਏ ਕੀਤਾ ਜਿਸ ਵਿੱਚ ਇਲੈਕਟ੍ਰਿਕ ਵਾਹਨ ਸਸਤੇ ਹੋਣਗੇ। ਇਸ ਤੋਂ ਇਲਾਵਾ ਮੋਬਾਈਲ, ਟੈਲੀਵਿਜ਼ਨ, ਚਿਮਨੀ ਨਿਰਮਾਣ ਲਈ ਵੀ ਕਸਟਮ ਡਿਊਟੀ ਵਿੱਚ ਰਾਹਤ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਮੋਬਾਈਲ ਫੋਨ ਨਿਰਮਾਣ ਲਈ ਕੁਝ ਵਸਤੂਆਂ ਦੀ ਦਰਾਮਦ ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਭਾਰਤ ਦਾ ਮੋਬਾਈਲ ਫੋਨ ਉਤਪਾਦਨ 2014-15 ਵਿੱਚ 58 ਮਿਲੀਅਨ ਯੂਨਿਟ ਤੋਂ ਪਿਛਲੇ ਵਿੱਤੀ ਸਾਲ ਵਿੱਚ ਵਧ ਕੇ 310 ਮਲੇਨ ਯੂਨਿਟ ਹੋ ਗਿਆ ਹੈ ਸੀ타ਰਾਮਨ ਨੇ ਇਹ ਵੀ ਐਲਾਨ ਕੀਤਾ ਕਿ ਟੀਵੀ ਪੈਨਲਾਂ ਦੇ ਓਪਨ ਸੈੱਲ ਪਾਰਟਸ ਤੇ ਕਸਟਮ ਡਿਊਟੀ ਘਟਾ ਕੇ 2.5 ਫੀਦੀ ਕਰ ਦਿੱਤੀ ਜਾਵੇਗੀ ਰਸੋਈ ਦੀ ਇਲੈਕਟ੍ਰਿਕ ਚਿਮਨੀ ਤੇ ਕਸਟਮ ਡਿਊਟੀ 7.5 ਫੀਦੀ ਤੋਂ ਵਧਾ ਕੇ 15 ਫੀਦੀ ਕਰ ਦਿੱਤੀ ਗਈ ਹੈ ਉਹਨੇ ਕਿਹਾ ਕਿ ਸਰਕਾਰ ਤਾਂਬੇ ਦੇ ਸਕ੍ਰੈਪ ਤੇ 2.5 ਫੀਦੀ ਕਸਟਮ ਡਿਊਟੀ ਜਾਰੀ ਰੱਖੇਗੀ ਪੰਜਾਬ ਸਰਕਾਰ ਦੀ ਡਾਇਰੀ ਉੱਤੇ ਫੋਟੋ ਲਗਾ ਕੇ ਕਸੂਤੇ ਫਸੇ ਸੀਐਮ ਮਾਨ ਵਿਰੋਧੀਆਂ ਨੇ ਕੱਸੇ ਤਾਂਜਾ ਪੰਜਾਬ ਸਰਕਾਰ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਡਾਇਰੀ ਦੀ ਰਵਾਇਤ ਨੂੰ ਇਸ ਵਾਰ ਬਦਲ ਕੇ ਪੰਜਾਬ ਸਰਕਾਰ ਵੱਲੋਂ ਸ਼ੇਰ ਦੇ ਲੋਗੋ ਦੀ ਥਾਂ ਉੱਤੇ ਸੀਐਮ ਭਗਵੰਤ ਮਾਨ ਦੀ ਤਸਵੀਰ ਲਗਾ ਦਿੱਤੀ ਹੈ ਇੱਕ ਪਾਸੇ ਸੰਵਿਧਾਨ ਨਿਰਮਾਤਾ ਤੇ ਦੂਜੇ ਪਾਸੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਵਿੱਚ ਕਸ ਸੀਐਮ ਮਾਨ ਦੀ ਤਸਵੀਰ ਹੁਣ ਸਿਆਸੀ ਗਲਿਆਰਿਆਂ ਦਾ ਮੁੱਦਾ ਬਣ ਚੁੱਕੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਮਸਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੰਮੇ ਹੱਥੀ ਲਿਆ ਪੰਜਾਬ ਦੀ ਸਿਆਸਤ ਵਿੱਚ ਹੋਨ ਨਾਮੀ ਚਾਚਾ ਦਾ ਵਿਸ਼ਾ ਹਰ ਸਾਲ ਜਾਰੀ ਹੋਣ ਵਾਲੀ ਪੰਜਾਬ ਸਰਕਾਰ ਦੀ ਇੱਕ ਪੁਸਤਕ ਬਣੀ ਹੈ ਦਰਸਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤੀ ਪ੍ਰਥਾ ਨੂੰ ਬਦਲ ਦਿੱਤਾ ਹੈ ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਡਾਇਰੀ 'ਚ ਪੰਜਾਬ ਸਰਕਾਰ ਦੇ ਸ਼ੇਰ ਦੇ ਲੋਗੋ ਦੀ ਬਜਾਏ ਉਹਨਾਂ ਦੀ ਆਪਣੀ ਫੋਟੋ ਹੈ ਜਦੋਂ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਦੇ ਸਾਰੇ ਥਾਣਿਆਂ ਵਿੱਚ ਕਿਸੇ ਵੀ ਸਿਆਸਤਦਾਨ ਦੀ ਫੋਟੋ ਨਹੀਂ ਹੋਵੇਗੀ ਅਤੇ ਕੇਵਲ ਸ਼ਹੀਦੇ ਆਜਮ ਅਤੇ ਹੋਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਹੀ ਹੋਣਗੀਆਂ ਸੁਖਪਾਲ ਖੈਰ ਨੇ ਇਸ ਮਾਮਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਤੰਜ ਕੱਸਦੇ ਟਵੀਟ ਕੀਤਾ ਹੈ ਕਿ ਭਗਵੰਤ ਮਾਨ ਜੋ ਰਚਨਕਾਰ ਸਾਈਕਲ ਐਮ뷸ੈਂਸ ਆ ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਨ ਸਿੰਘ ਦੀਆਂ ਫੋਟੋਆਂ 'ਤੇ ਕਮੇਡੀ ਕਰਦੇ ਸਨ ਹੁਣ ਉਹ ਆਪ ਵੀ ਇਸੇ ਰਾਤੇ ਤੁਰ ਪਿਆ ਹੈ ਭਗਵੰਤ ਮਾਨ ਨੇ ਆਪ ਬਹਾਨੇ ਦੇ ਦੇ ਮਾਮਲੇ 'ਚ ਦੋਵਾਂ ਦੇ ਰਿਕਾਰਡ ਤੋੜ ਦਿੱਤੇ ਹਨ ਵਿਅੰਗ ਕਰਦਿਆਂ ਉਹਨਾਂ ਕਿਹਾ ਕਿ ਇੱਕ ਆਮ ਸਿਆਸਤਦਾਨ ਹੁਣ ਰੰਗ ਬਦਲ ਰਿਹਾ ਹੈ ਪੰਜਾਬ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਸੂਬੇ ਦੇ ਸਕੂਲਾਂ ਨੂੰ ਲੈ ਕੇ ਜਾਰੀ ਕੀਤਾ ਇਹ ਵੱਡੇ ਹੁਕਮ ਪੰਜਾਬ ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ 'ਚ ਦਾਖਲਾ ਵਧਾਉਣ ਲਈ ਇਸ ਸਾਲ ਵੀ ਦਾਖਲਾ ਮਹਿੰਮ ਚਲਾਉਣ ਲੈ ਕੇ ਹੈ ਜਿਸ ਤੋਂ ਬਾਅਦ ਹੁਣ ਸਕੂਲ ਪ੍ਰਚਾਰ ਵਿੱਚ ਜੁੜ ਗਏ ਨੇ ਹਾਲਾਂਕਿ ਸਕੂਲਾਂ ਨੇ ਪਹਿਲਾਂ ਆਪਣੇ ਪੱਧਰ ਤੇ ਹੀ ਦਾਖਲਾ ਸ਼ੁਰੂ ਕਰ ਦਿੱਤਾ ਸੀ ਪਰ ਗਾਈਡਲਾਈਨਸ ਦੇ ਇੰਤਜ਼ਾਰ ਵਿੱਚ ਸਨ ਵਿਭਾਗ ਵੱਲੋਂ ਅੱਜ ਤੋਂ ਸੈਸ਼ਨ 2023-24 ਲਈ ਰਸਮੀ ਦਾਖਲਾ ਮਹਿੰਮ ਸ਼ੁਰੂ ਕਰਨ ਲਈ ਕਿਹਾ ਹੈ ਜਿਸ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਕਿਸੇ ਸਕੂਲ ਤੋਂ ਕੀਤੀ ਜਾਵੇਗੀ ਗੱਲ ਜੇਕਰ ਪਿਛਲੇ 10 ਸਾਲਾਂ ਦੀ ਕਰੀਏ ਤਾਂ ਐਸਐਸਆਰ ਦਾਖਲਾ ਮੁਹਿੰਮ ਕਾਰਨ ਪ੍ਰਾਇਮਰੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਿੱਚ ਹਰ ਸਾਲ ਲਗਭਗ 10% ਦੀ ਵਾਧਾ ਦੇਖਣ ਨੂੰ ਮਿਲਿਆ ਹੈ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹੋਏ ਪੋਸਟਰ ਵੀਡੀਓ ਸ਼ਾਰਟ ਫਿਲਮ ਦਾਖਲਾ ਥੀਮ ਸੰਗ ਤਿਆਰ ਕਰਕੇ ਵਿਦਿਆਰਥੀਆਂ ਮਾਪਿਆਂ ਤੇ ਸੰਸਥਾਵਾਂ ਸਰਪੰਚ ਅੰਗਰਵਾੜੀ ਮੈਂਬਰਾਂ ਆਸ਼ਾ ਵਰਕਰਾਂ ਰਿਟਾਇਰ ਅਧਿਆਪਕਾਂ ਦੇ ਵਟਸਐਪ ਗਰੁੱਪ 'ਚ ਸ਼ੇਅਰ ਕੀਤੇ ਜਾਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਜਰੀਏ ਵੀ ਇਸ ਨੂੰ ਹੱਲਾਸ਼ੀਰ ਦਿੱਤੇ ਜਾਵੇ ਇਸ ਦਾ ਮਕਸਦ ਸਾਰਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਾ ਹੈ 5G ਸੇਵਾਵਾਂ ਨੂੰ ਵਿਕਸਿਤ ਕਰਨ ਲਈ 100 ਲੈਬ ਸਥਾਪਿਤ ਕਰੇਗੀ ਸਰਕਾਰ ਕੇਂਦਰੀ ਵਿੱਤ ਮੰਤਰੀ निर्मला सीतारमण ਨੇ ਬੁੱਧਵਾਰ ਨੂੰ 2023-24 ਲਈ ਆਪਣੇ ਬਜਟ ਭਾਸ਼ਣ ਦੌਰਾਨ ਐਲਾਨ ਕੀਤਾ ਕਿ ਸਰਕਾਰ 5G ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਕਸਿਤ ਕਰਨ ਲਈ 100 ਪ੍ਰਯੋਗਸ਼ਾਲਾਵਾਂ ਸਥਾਪਿਤ ਕਰੇਗੀ ਟੈਲੀਕਮ ਸੈਕਟਰ ਭਾਰਤ ਵਿੱਚ ਮੋਬਾਈਲ ਟੈਲੀਫੋਨੀ ਵਿਗਨ ਦੇ ਕੇਂਦਰ ਵਿੱਚ ਰਿਹਾ ਹੈ ਜੋ ਅਕਤੂਬਰ ਵਿੱਚ 5G ਦੇ ਰੋਲ ਆਊਟ ਨਾਲ ਸ਼ੁਰੂ ਹੋਇਆ ਸੀ ਇਸ ਸਮੇਂ ਦੇਸ਼ ਦੇ ਵਿੱਚ 50 ਤੋਂ ਵੱਧ ਸ਼ਹਿਰਾਂ ਵਿੱਚ 5G ਸੇਵਾਵਾਂ ਮੁਹੱਈਆ ਹਨ ਅਗਸਤ ਵਿੱਚ 5G ਮੈਗਾ ਸਪੈਕਟ੍ਰਮ ਨਿਲਾਮੀ ਵਿੱਚ Airtel Jio ਨੇ 5G ਸਪੈਕਟ੍ਰਮ ਦੇ ਕੁੱਲ 24740 ਮੀਗਾਹਰ츠 22 ਸਰਕਲਾਂ ਵਿੱਚ ਫੈਲੇ 700 MHz ਬੈਂਡ ਵਿੱਚ 220 MHz 4 ਸਰਕਲਾਂ ਵਿੱਚ ਫੈਲੇ 800 MHz ਬੈਂਡ ਵਿੱਚ 20 ਮੀਗਾਹਰ츠 60 MHz ਪ੍ਰਾਪਤ ਕੀਤਾ ਸੀ ਬਜਟ ਵਿੱਚ ਗਰੀਬਾਂ ਲਈ ਖਾਸ ਐਲਾਨ ਜੇ ਵਿੱਚ ਬਦ ਗਰੀਬਾਂ ਦੇ ਜਮ੍ਹਾਂ ਲਈ ਸਰਕਾਰ ਦੇਵੇਗੀ ਪੈਸਾ ਜੀ ਹਾਂ ਦੋਸਤੋ 2023 ਦਾ ਬਜਟ ਪੇਸ਼ ਕਰਦੇ ਹੋਏ ਭਾਰਤ ਸਰਕਾਰ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਦੇਸ਼ ਦੇ ਗਰੀਬ ਕੈਦੀਆਂ ਲਈ ਇਸ ਵਾਰ ਇੱਕ ਖਾਸ ਐਲਾਨ ਕੀਤਾ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਜੇਲ੍ਹਾਂ ਵਿੱਚ ਬੰਦ ਗਰੀਬ ਕੈਦੀਆਂ ਨੂੰ ਜੁਰਮਾਨੇ ਦੀ ਰਕਮ ਅਤੇ ਜਮਾਨਾ ਦਾ ਖਰਚਾ ਸਰਕਾਰ ਦੇਵੇਗੀ ਨਿਰਮਲਾ ਸੀਤਾ ਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਗਰੀਬ ਕੈਦੀਆਂ ਨੂੰ ਜਮਾਨਤ ਮਿਲਣ ਦਾ ਖਰਚਾ ਸਰਕਾਰ ਚੁਕੇਗੀ 1 ਫਰਵਰੀ ਨੂੰ ਮੋਦੀ ਸਰਕਾਰ ਦਾ ਪੰਜਵਾਂ ਅਤੇ ਆਖਰੀ ਪੂਰਾ ਬਜਟ ਦੌਰ ਅ ਦੋ ਪੇਸ਼ ਕਰ ਰਹੀ ਵਿੱਤ ਮੰਤਰੀ ਨਿਰਮਲ ਸੇਤਾਰਮਨ ਨੇ ਜੇਲ੍ਹ ਵਿੱਚ ਬੰਦ ਵੱਡੇ ਗੇਂਦਵਜ ਗਰੀਬ ਕੈਦੀਆਂ ਦਾ ਖਾਸ ਖਿਆਲ ਰੱਖਿਆ ਤੁਹਾਨੂੰ ਦੱਸ ਦੇ ਕਿ ਜੇ ਇਹ ਹਜ਼ਾਰਾਂ ਕੈਦੀ ਬੰਦ ਹਨ ਜਿਨ੍ਹਾਂ ਕੋਲ ਜ਼ਮਾਨਤ ਲੈਣ ਲਈ ਲੈਣ ਜਾਂ ਜੁਰਮਾਨੇ ਰਕਮ ਅਦਾ ਕਰਨ ਲਈ ਪੈਸੇ ਨਹੀਂ ਹਨ ਜਦੋਂ ਕਿ ਉਹਨਾਂ ਦੀ ਕੈਦ ਦੀ ਮਿਆਦ ਪੂਰੀ ਹੋ ਚੁੱਕੀ ਹੈ ਤਾਂ ਜਾਂ ਤਾਂ ਉਹ ਵਿਚਾਰ ਅਧੀਨ ਹਨ ਆ ਭਾਰਤ ਸਰਕਾਰ ਹੁਣ ਅਜਿਹੀ ਕੈਦੀਆਂ ਲਈ ਮਦਦ ਦਾ ਹੱਥ ਵਧਾਵੇਗੀ ਵੱਡੀ ਖਬਰ ਮਨੀਸ਼ਾ ਗਲਾਟੀ ਨੂੰ ਪੰਜਾਬ ਮਹਿਲਾ ਚੇਅਰਮੈਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗਲਾਟੀ ਤੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰ ਨੇ ਮਨੀਸ਼ਾ ਗਲਾਟੀ ਨੂੰ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਹਟਾ ਦਿੱਤਾ ਹੈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 18/9/2020 ਨੂੰ ਮਨੀਸ਼ਾ ਗਲਾਟੀ ਦੀ ਟਰਮ ਵਿੱਚ 3 ਸਾਲਾਂ ਦਾ ਵਾਅਦਾ ਕਰ ਦਿੱਤਾ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਪੰਜਾਬ ਚ ਜ਼ਮੀਨੀ ਪਾਣੀ ਬਚਾਉਣ ਦੇ ਨਿਯਮ ਅੱਜ ਤੋਂ ਲਾਗੂ ਪਾਣੀ ਕੱਢਣ ਤੇ ਲੱਗਣਗੇ ਪੈਸੇ ਪੰਜਾਬ ਚ ਹਰ ਮਹੀਨੇ 300 ਕਿਊਬਿਕ ਮੀਟਰ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਦੁਰਵਾਰਤੋਂ ਕਰਨ ਵਾਲਿਆਂ ਨੂੰ 4 ਰੁਪਏ ਤੋਂ 22 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਪਵੇਗਾ ਇਹ ਨਿਯਮ ਇੱਕ ਫਰਵਿਜ ਯਾਨੀ ਕਿ ਕੱਲ ਤੋਂ ਲਾਗੂ ਹੋ ਗਿਆ ਇਸ ਸਬੰਧੀ ਜ਼ਿਲ੍ਹਾ ਜੋਗ ਕੇਂਦਰਾ ਨੇ ਨੋਟੀਫਿਕੇਸ਼ਨ ਦੀ ਕਾਪੀ ਅਜੋਗ ਸੰਚਾਲਕਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ ਭੇਜ ਦਿੱਤੀ ਹੈ ਹੁਣ ਸਾਰੇ ਫੈਕਟਰੀ ਸੰਚਾਲਕਾਂ ਵਪਾਰੀਆਂ ਪਾਣੀ ਦੇ ਟੈਂਕਰਾਂ ਤੇ ਇਲੈਕਟ੍ਰਿਕ ਟਿਊਬਲਾਂ ਦੇ ਮਾਲਕਾਂ ਨੂੰ ਅਥਾਰਟੀ ਅਧੀਨ ਜ਼ਮੀਨ ਵਿੱਚੋਂ ਪਾਣੀ ਕੱਢਣ ਦੀ ਇਜਾਜ਼ਤ ਲੈਣੀ ਪਵੇਗੀ ਸਾਰੇ ਜ਼ਿਲ੍ਹਿਆਂ ਦੇ 153 ਬਲਾਕਾਂ ਨੂੰ ਗ੍ਰੀਨ, Yellow ਅਤੇ Orange ਆ ਜ਼ੋਨ ਵਿੱਚ ਵੰਡਿਆ ਗਿਆ ਇਹਨਾਂ ਵਿੱਚ ਸਭ ਤੋਂ ਖਤਰਨਾਕ Yellow ਜ਼ੋਨ ਦੇ 54 ਬਲਾਕ ਹਨ ਜਿਨ੍ਹਾਂ ਵਿੱਚ 200% ਦੀ ਤੱਕ ਪਾਣੀ ਕੱਢਿਆ ਜਾ ਚੁੱਕਾ ਹੈ ਜਦੋਂ ਕਿ ਗ੍ਰੀਨ 'ਚ 36 ਬਲਾਕ ਅਤੇ Orange ਜ਼ੋਨ 'ਚ 64 ਬਲਾਕ ਹਨ ਜਿੱਥੇ ਪਾਣੀ ਦੀ ਨਿਕਾਸੀ 200% ਤੋਂ ਵੱਧ ਹੋ ਚੁੱਕੀ ਹੈ ਕਈ ਥਾਵਾਂ ਤੇ ਫੀਸ ਦੀ ਪ੍ਰਤੀਤੋਂ ਉਪਰ ਹੈ ਜਿੰਨਾਂ ਲੋਕਾਂ ਤੋਂ ਪਾਣੀ ਕੱਢਣ ਦੇ ਚਾਰਜ ਲਏ ਜਾਣਗੇ ਉਹਨਾਂ ਦੀ ਕਮਾਈ ਦਾ ਇੱਕ ਹਿੱਸਾ ਵਾਟਰ ਸਪਲਾਈ ਸਿਸਟਮ ਦੀ ਸਹੂਲਤ ਤੇ ਚਾਰਜ ਕੀਤਾ ਜਾਵੇਗਾ ਗੰਦੇ ਪਾਣੀ ਨੂੰ ਦਿਸ਼ਾ ਨਿਰਦੇਸ਼ਾਂ ਮੁਤਾਬਕ ਟ੍ਰੀਟ ਕਰਨਾ ਹੋਵੇਗਾ ਇਸ ਰਹੀ ਸਰਕਾਰ ਉਹਨਾਂ ਲੋਕਾਂ ਨੂੰ ਵਾਟਰ ਕ੍ਰੈਡਿਟ ਚਾਰਜ ਦੇਵੇਗੀ ਜੋ ਇਹ ਕੰਮ ਕਰਨਗੇ ਪੰਜਾਬ ওয়াটার ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਦੀ ਜ਼ਮੀਨੀ ਪਾਣੀ ਕੱਢਣ ਅਤੇ ਸੰਭਾਲ ਲਈ ਪੰਜਾਬ ਗਾਈਡਲਾਈਨਸ 2020 ਨਿਯਮ ਲਾਗੂ ਹੋ ਗਏ ਨੇ ਅਥਾਰਟੀ ਦੇ ਸੰਗ 76 ਜੇਕੇ ਜੈਨ ਨੇ ਦੱਸਿਆ ਕਿ ਘਰੇਲੂ ਅਤੇ ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ ਵੱਡੀ ਖਬਰ ਪੰਜਾਬੀ ਗਾਇਕ ਸ਼੍ਰੀ ਬਰਾਰ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨ ਅੰਦੋਲਨ ਤੋਂ ਕਿਸਾਨ ਐਂਥਮ ਗਾਉਣ ਵਾਲੇ ਅਤੇ ਖਾਸ ਤੌਰ ਤੇ ਉਸ ਵਿੱਚ ਬਾਕੀ ਕਲਾਕਾਰਾਂ ਵਾਂਗ ਵੱਲ ਚੜਕੇ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸ਼੍ਰੀ ਬਰਾਰ ਨੇ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਇਸ ਦਿਨ ਉਹਨਾਂ ਕਈ ਸਿਆਸਤਦਾਨਾਂ ਤੇ ਵੀ ਇਲਜ਼ਾਮ ਲਾਏ ਨੇ ਉਹਨਾਂ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਆਪਣੀ ਜ਼ਿੰਦਗੀ ਚ ਕੀ ਕੀ ਚੀਜ਼ਾਂ ਸਹਿ ਰਿਹਾ ਹਾਂ ਕਿਸਾਨ ਆंदोलਨਦਾਰ ਨੂੰ ਬਹੁਤ ਕੁਝ ਦੇਖਿਆ ਤੇ ਕਈ ਗੁੰਡਿਆਂ ਦੇ ਪੂਰ ਆਉਂਦੇ ਹੁੰਦੇ ਸਨ ਅਤੇ ਸਿਆਸਤਦਾਨਾਂ ਤੋਂ ਧਮਕੀਆਂ ਮਿਲਦੀਆਂ ਸਨ ਉਹਨਾਂ ਦੱਸਿਆ ਕਿ ਮੈਂ ਇਹਨਾਂ ਤੋਂ ਆਪਣਾ ਖੜਾ ਛੜਵਾਉਣ ਲਈ ਪੈਸੇ ਦਿੰਦਾ ਹਾਂ ਜਾਂ ਹੱਥ ਵੀ ਜੋੜ ਦਿੰਦਾ ਹਾਂ ਪੰਜਾਬ ਦੇ ਹੱਕ ਚ ਬੋਲਣ ਦਾ ਸਿਲਾ ਇਹ ਹੈ ਕਿ 12 ਮਹੀਨੇ ਹੀ ਮੈਂ ਐਸੇ ਸਥਿਤੀ ਵਿੱਚ ਹੁੰਦਾ ਹਾਂ ਕਿ ਆਪਣੀ ਜੀਵਨ ਖਤਮ ਕਰ ਲਵਾਂ ਬਜਟ 2023 ਵਿੱਤ ਮੰਤਰੀ ਨਿਰਮਲ ਸਿਧਾਰਮਨ ਨੇ ਪੈਨ ਕਾਰਡ ਨੂੰ ਦਿੱਤੀ ਇੱਕ ਨਵੀਂ ਪਛਾਣ ਜੇਕਰ ਤੁਸੀਂ ਵੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਦਰਅਸਲ ਅੱਜ ਬਜਟ 2023 ਵਿੱਚ ਵਿੱਤ ਮੰਤਰੀ ਨਿਰਮਲ ਸਿਧਾਰਮਨ ਨੇ ਪੈਨ ਕਾਰਡ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ ਦੱਸ ਦਈਏ ਕਿ ਪੈਨ ਕਾਰਡ ਨੂੰ ਪਛਾਣ ਪੱਤਰ ਦਾ ਮੁੱਖ ਬਣਾਇਆ ਗਿਆ ਪੈਨ ਕਾਰਡ ਦੀ ਵਰਤੋਂ ਸਾਰਿਆਂ ਲਈ ਆਮ ਹੋਵੇਗੀ ਹੁਣ ਪੈਨ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ ਔਰਤਾਂ ਲਈ ਇੱਕ ਵੱਡਾ ਐਲਾਨ ਨਵੀਂ ਬੱਚਾ ਸਕੀਮ ਦਾ ਐਲਾਨ ਹੈ ਵਿੱਤ ਮੰਤਰੀ ਨਿਰਮਲ ਸੀਤਾਰਾਮਨ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਾਂ ਲਈ ਪਿਛਲੇ 2 ਸਾਲਾਂ ਦੀ ਤਰ੍ਹਾਂ ਇੱਕ ਵਾਹੀ ਖਾਤੇ ਦੀ ਤਰ੍ਹਾਂ ਲਾਲ ਬੈਗ ਵਿੱਚ ਇੱਕ ਟੈਬਲੇਟ ਲੈ ਕੇ ਬਦਦਵਾਰ ਨੂੰ ਸੰਸਦ ਪੌਣ ਪਹੁੰਚੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ 2023 ਦਾ ਇਹ ਨਿਰਮਲ ਸੀਤਾਰਮਨ ਦਾ ਪੰਜਵਾਂ ਬਜਟ ਹੈ ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਅਤੇ ਪੂਰਾ ਕੇਂਦਰੀ ਬਜਟ ਹੈ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਸਨ ਹੁਣ ਜਦੋਂ ਬਜਟ ਆ ਗਿਆ ਤਾਂ ਔਰਤਾਂ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਇਸ ਬਜਟ ਵਿੱਚ ਉਹਨਾਂ ਲਈ ਕੀ ਖਾਸ ਹੈ ਤਹਾਨੂੰ ਦੱਸ ਦਈਏ ਕਿ ਵਿੱਤ ਮੰਤਰ ਨਿਰਮਲ ਸਿਤਾਰਾਮ ਨੇ ਔਰਤਾਂ ਲਈ 2 ਸਾਲਾਂ ਦੀ ਮਿਆਦ ਲਈ 7.5 ਫੀਸਦੀ ਦੀ ਸਥਿਰ ਵਿਆਜ ਦਰ ਨਾਲ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਦਾ ਐਲਾਨ ਕੀਤਾ ਮਹਿਲਾ ਬਚਤ ਯੋਜਨਾ ਵਿੱਚ 2 ਲੱਖ ਰੁਪਏ ਤੱਕ ਦੇ ਨਿਵੇਸ਼ ਨੂੰ ਛੋਟ ਦਿੱਤੀ ਗਈ ਹੈ ਤੇ ਇਸ ਕੋਸ਼ਿਸ਼ ਨਾਲ ਔਰਤਾਂ ਨੂੰ ਕਾਫੀ ਫਾਇਦਾ ਮਿਲੇਗਾ ਇਸ ਸਕੀਮ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਕਿਹਾ ਜਾਵੇਗਾ ਜੋ ਮਾਰਚ 2025 ਤੱਕ ਰਹੇਗਾ ਤੇ ਇਸ ਯੋਜਨਾ ਦਾ ਕਾਰਜਕਾਲ 2 ਸਾਲਾਂ ਦਾ ਹੋਵੇਗਾ ਅਤੇ ਇਸ ਤੇ 7 ਫੀਸਦੀ ਦੀ ਨਿਸ਼ਚਿਤ ਦਰ ਤੇ ਵਿਆਜ ਮਿਲੇਗਾ ਤੇ ਜਮਾ ਰਕਮ ਔਰਤਾਂ ਬੱਚੀ ਦੇ ਨਾਂ ਤੇ ਕੀਤੀ ਜਾ ਸਕਦੀ ਹੈ ਤੇ ਇਸ ਵਿੱਚ ਆਸ਼ੰਕ ਕਰਵਾਉਣ ਦੀ ਸਹੂਲਤ ਵੀ ਹੋਵੇਗੀ ਫਰਵਰੀ ਮਹੀਨੇ ਵਿੱਚ 10 ਦਿਨ ਬੈਂਕ ਰਹਿਣਗੇ ਬੰਦ ਜੀहां ਦੋਸਤੋ ਇਸ ਸਾਲ ਫਰਵਰੀ 2023 ਦੇ ਵਿੱਚ 10 ਦਿਨਾਂ ਲਈ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ ਜਿਸ ਵਿੱਚ ਵੀਕਐਂਡ ਦੀਆਂ ਛੁੱਟੀਆਂ ਸ਼ਾਮਿਲ ਹਨ ਜੋ ਪਿਛਲੇ ਮਹੀਨੇ ਨਾਲੋਂ ਕਾਫੀ ਘੱਟ ਹਨ ਤੇ ਦੇ ਘਾਟ ਛੁੱਟੀਆਂ ਦੇ ਕਾਰਨ ਇਸ ਮਹੀਨੇ ਕੰਮਕਾਜ ਦੇ ਦਿਨ ਵਜੋਂ ਸਿਰਫ ਇੱਕ ਸ਼ਨੀਵਾਰ ਹੋਵੇਗਾ ਹਾਲਾਂਕਿ ਇੱਥੇ ਬੈਂਕਰ ਦੀਆਂ 10 ਦਿਨਾਂ ਦੀਆਂ ਛੁੱਟੀਆਂ ਸਾਰੇ ਰਾਜਾਂ ਵਿੱਚ ਇੱਕੋ ਜਿਹੀਆਂ ਨਹੀਂ ਹਨ ਅਤੇ ਰਾਜਾਂ ਅਨੁਸਾਰ ਵੱਖੋ-ਵੱਖਰੀਆਂ ਹੁੰਦੀਆਂ ਨੇ ਛੁੱਟੀਆਂ ਦੀ ਸੂਚੀ RBI ਦੇ ਅਨੁਸਾਰ ਹੈ ਜੋ ਆਪਣੀ ਅਧਿਕਾਰਤ ਵੈੱਬਸਾਈਟ ਤੇ ਬੈਂਕ ਛੁੱਟੀਆਂ ਦੀ ਸੂ ਸ਼ਟਰੀ ਪਦਰਤੇ ਦਿੱਤੀਆਂ ਜਾਂਦੀਆਂ ਛੁੱਟੀਆਂ ਤੋਂ ਇਲਾਵਾ ਕੁਝ ਅਦਾਜ ਵਿਸ਼ੇਸ਼ ਛੁੱਟੀਆਂ ਹਨ ਜਿਨ੍ਹਾਂ ਤੇ ਬੈਂਕ ਨਹੀਂ ਖੁੱਲਣਗੇ ਹਾਲਾਂਕਿ ਇੰਟਰਨੈਟ ਬੈਂਕਿੰਗ ਦੀ ਸਹੂਲਤਾਂ ਪੂਰੇ ਮਹੀਨੇ ਲਈ ਕੰਮ ਕਰਦੀਆਂ ਰਹਿਣਗੀਆਂ 5 ਫਰਵਰੀ ਨੂੰ ਐਤਵਾਰ ਹੈ ਜੀ 11 ਫਰਵਰੀ ਨੂੰ ਦੂਜਾ ਸ਼ਨੀਵਾਰ 2 ਫਰਵਰੀ 12 ਨੂੰ ਐਤਵਾਰ ਫਰਵਰੀ 15 ਨੂੰ ਬੁੱਧਵਾਰ ਮਨੀ ਪਾਲ ਵਿੱਚ ਲਈ ਲੋਹੇ ਨਗਈ ਇਨੀ ਦੇ ਮੌਕੇ ਬੈਂਕ ਬੰਦ ਰਹਿਣਗੇ 18 ਫਰਵਰੀ ਸ਼ਨੀਵਾਰ ਮਹਾਸ਼ਿਵਰਾਤਰੀ ਦੇ ਮਦਰਦਤ ਉਪਰਾਂ ਮਜਰੋਮ ਚੰਡੀਗੜ੍ਹ ਤਾਂ ਮੰਨਣਾ ਨੂੰ ਸਿੱਕਮ ਅਸਾਮ ਮਣੀਪੁਰ ਰਾਜਸਥਾਨ ਬੰਗਾਲ ਦਿੱਲੀ ਕੋਆ ਬਿਹਾਰ ਵਿੱਚ ਮਗਾਲਿਆ ਨੂੰ ਛੱਡ ਕੇ ਜਾਤਾਂ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ 19 ਫਰਵਰੀ ਨੂੰ ਐਤਵਾਰ ਆ ਜੀ ਫਰਵਰੀ 20 ਨੂੰ ਸੋਮਵਾਰ ਮਜਰੋਮ ਰਾਜ ਦਿਵਸ ਦੇ ਮੌਕੇ ਮਜਰੋਮ ਵਿੱਚ ਬੈਂਕ ਬੰਦ ਰਹਿਣਗੇ ਫਰਵਰੀ 21 ਮੰਗਲਵਾਰ ਸਿੱਕਮ ਅਤੇ ਸਿੱਕਮ ਵਿੱਚ ਲੋਸਟਰ ਦੇ ਮੌਕੇ ਤੇ ਵਾਕ ਇਨ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ ਫਰਵਰੀ 25 ਚੌਥਾ ਸ਼ਨੀਵਾਰ ਫਰਵਰੀ 26 ਐਤਵਾਰ 10 ਸਾਲਾਂ ਤੋਂ ਅਪਡੇਟ ਨਾ ਹੋਏ ਆਧਾਰ卡ਡ ਹੋਣਗੇ ਸਸਪੈਂਡ ਸਰਕਾਰੀ ਸੇਵਾਵਾਂ ਦਾ ਨਹੀਂ ਮਿਲੇਗਾ ਲਾਭ ਜੀਹਾਂ ਦੋਸਤੋ UIDAI ਦੇ ਖੇਤਰੀ ਦਫ਼ਤਰ ਜੰਮੀਗੜ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਵਿਖੇ ਆਧਾਰ ਆਪਰੇਟਰਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਵਰਕਸ਼ਾਪ ਲਗਾਈ ਗਈ ਵਰਕਸ਼ਾਪ ਦਰਾਂ ਆਧਾਰ卡ਡ ਨੂੰ ਨਮਿਉਣ ਸੋਧ ਕਰਨ ਨਵਾਂ ਆਧਾਰ卡ਡ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਲੈਣ ਲਈ ਆਧਾਰ卡ਡ ਨੂੰ ਬੈਂਕ ਖਾਤਿਆਂ ਤੇ ਹੋਰ ਸੇਵਾਵਾਂ ਨਾਲ ਲਿੰਕ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਸਬੰਧੀ ਜ਼ਿਲ੍ਹਾ ਪੱਧ ਦੇ ਆਧਾਰ ਨਿਗਮ ਕਮੇਟੀ ਵੱਲੋਂ ਵੀ 31 ਜਨਵਰੀ 2023 ਨੂੰ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਸੀ ਇਸ ਵਰਕਸ਼ਾਪ ਦੌਰਾਨ ਸਹਾਇਕ ਕਮਿਸ਼ਨਰ ਸ਼੍ਰੀ ਮੁਖਤਸਰ ਸਾਹਿਬ ਸ਼੍ਰੀ ਰਿਸ਼ਭ ਮਾਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦੇ 5 ਸਾਲਾਂ ਦੀ ਉਮਰ ਪੂਰੀ ਹੋਣ ਅਤੇ ਦੁਬਾਰਾ 15 ਸਾਲ ਦੀ ਉਮਰ ਪੂਰੀ ਹੋਣ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਧਾਰ ਕਾਰਡ ਅਪਡੇਟ ਕਰਵਾਉਣਾ ਲਾਜ਼ਮੀ ਹੋਣਾ ਅੱਗੇ ਦੱਸਿਆ ਕਿ ਜਿਨ੍ਹਾਂ ਨਾਗਰਿਕਾਂ ਦੇ ਪਿਛਲੇ 10 ਸਾਲਾਂ ਦੌਰਾਨ ਆਪਣੇ ਆਧਾਰ ਕਾਰਡ ਅਪਡੇਟ ਨਹੀਂ ਕਰਵਾਏਗੇ ਉਹਨਾਂ ਦੇ ਆਧਾਰ ਕਾਰਡ ਮੁਲਤਵੀ ਹੋ ਜਾਣਗੇ ਅਤੇ ਸਰਕਾਰੀ ਸੇਵਾਵਾਂ ਲੈਣ ਵਿੱਚ ਉਹਨਾਂ ਨੂੰ ਪਰੇਸ਼ਾਨੀ ਪੇਸ਼ ਆ ਸਕਦੀ ਹੈ ਆ ਦੋਸਤੋ ਇਸੇ ਹੀ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵਾਤਵਾਂਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ